ਗੱਲ ਯਾਰ ਗੱਲ ਸੁਣੋ, ਇੱਕ ਤਾਂ ਤੁਸੀਂ ਛੜੇ ਹੋ ਪੂਰਾ ਮਹੱਲਾ ਤੁਹਾਡੇ ਤੋਂ ਤੰਗ, ਉੱਤੋਂ ਤੁਸੀਂ ਆਪਣੇ ਘਰ ਦਾ ਕਿਰਾਇਆ ਨੀ ਦਿੰਦੇ, ਉਹ ਵਿਚਾਰਾ ਬਾਰ ਬਾਰ ਆਉਣ ਡਿਆ ਇੱਥੇ ਕਿਰਾਇਆ ਲੈਣ, ਉਹ ਦੇ ਦੇਣੇ ਆ ਕਿਰਾਇਆ, ਲੇਕਿਨ ਬੂਆ ਕਿਹਨੇ ਖੜਕਾਇਆ? ਜਿੰਨੀ ਦੇਰ ਚ ਆਕੜ ਹੈ ਨਾ ਤੇਰੀ ਜੇਬ ਚ ਟਕਾਣੀ, ਪੈਸੇ ਵਾਲਾ ਬੰਦਾ ਐਡਾ ਬਦਤਮੀਜ਼ ਨਹੀਂ ਹੁੰਦਾ, ਜਿੰਨੀ ਕੋਲ ਆਏ ਟਕਾ ਫਿਰ ਰਿਸ਼ਤਾ ਦੇਗਾ, ਤੈਨੂੰ ਰਿਸ਼ਤਾ ਦੇਣ ਨਾਲ ਬਿਹਤਰ ਆ ਭੈਣ ਪੱਖੇ ਨਾਲ ਟੰਗ ਕੇ ਮਾਰ ਦੇ, ਉਹਨੇ ਵੀ ਠੰਡੀ ਕਰਨੀ, ਮੈਂ ਵੀ ਠੰਡੀ ਕਰਨੀ, ਐਵੇਂ ਨਾ ਕਰ। ਕੀ ਗੱਲ, 2 ਮਹੀਨੇ ਦਾ ਕਿਰਾਇਆ ਤਮੀਜ਼ ਨਾਲ ਬੋਲਿਆ ਕਰ, ਕਿੰਨਾ ਕਿਰਾਇਆ? 20,000। ਮੇਰੀ ਗੱਲ ਸੁਣੋ, ਅਸੀਂ ਲੈਣਾ ਕਰਜ਼ਾ, ਆਹੋ ਇਹਨਾਂ ਕੋਲ ਇਹ ਵੀ ਰਿਹਾਇਸ਼ਗਾਹ ਮਜੀਦ ਚੱਦੜ, ਆਹੋ 40,000 ਰੁਪਇਆ ਬੋਲੋ ਲੈਣਾ। ਅੱਛਾ, 40,000 ਸਾਨੂੰ ਲੈ ਕੇ ਦੇ, 20,000 ਤੇਰਾ ਕਿਰਾਇਆ, 5,000 ਸਾਡੇ ਵੱਲੋਂ, 25 ਤੇਰਾ, 15 ਸਾਡਾ, ਜਾ ਫੁੱਟ। ਪੱਕੀ ਗੱਲ? ਪੱਕੀ ਗੱਲ, ਜਿੰਨਾ ਕਿਰਾਇਆ ਬਣਦਾ ਨਾ ਲੈ ਕੇ ਜਾਣਾ। ਅੱਛਾ ਸੋਹਣੀ ਕੁੜੀ ਨੱਚ ਰਹੀ ਹੋਵੇ ਨਾ, ਹਾਲ ਚ ਬੰਦਾ ਕਵੇ ਹੋਏ ਹੋਏ, ਕੀ ਪੀਸ ਹੈ ਕੀ ਇਹਦਾ ਲੱਕ ਹੈ, ਓਏ ਹੋਏ ਇਹ ਤਾਂ ਨਾਲ ਦੀ ਸੀਟ ਤੇ ਬੈਠਾ ਹੁੰਦਾ ਬਾਜੀ ਆਪਣੀ। ਵਾਲ ਸਾਹਿਬ ਦੀ ਦੁਆ ਸੀ, ਰਾਮ ਹੀ ਖਾਓਗੇ। ਲੈ ਬੋਲੋ, 25 ਤੇਰਾ ਤੇ 15 ਸਾਡਾ, ਠੀਕ ਹੈ, ਜਾ ਪੈਸੇ ਲੈ ਕੇ। ਇਹੋ ਜਿਹਾ ਮੁੰਡਾ ਸੋਹਣਾ ਪੈਂਟ ਕੋਟ ਪਾ ਕੇ, ਟਾਈ ਲਾ ਕੇ ਨਾ, 4 ਕੁੜੀਆਂ ਲੈ ਕੇ ਏਅਰਪੋਰਟ ਤੇ ਫਿਰਦਾ ਹੁੰਦਾ, ਪੁੱਤਰ ਦੇ ਮੁਸਾਫਰਾਂ ਨੂੰ ਕਹਿੰਦਾ ਐਕਸਕਿਊਜ਼ ਮੀ ਸਰ, ਫਰੈਸ਼ ਹੋ ਗਿਆ? ਕਿਰਾਇਆ ਜਿੰਨਾ ਬਣਦਾ, ਹੀਰਾ ਮੰਡੀ ਗਿਆ, ਰੇਟ ਪੁੱਛ ਕੇ ਆ ਗਿਆ, ਉਹਨੇ ਬਾਅਦ ਤੋਂ ਫਲਾ, ਕਹਿੰਦਾ ਕਰਦਾ ਕਰਾਉਂਦਾ ਕੁਛ ਨਹੀਂ, ਰੇਟ ਪੁੱਛ ਕੇ ਨਿਕਲ ਜਾਂਦਾ ਅੱਗੋਂ, ਕਹਿੰਦਾ ਨਵਾਂ ਨਵਾਂ ਵਿਆਹ ਹੋਇਆ ਨਾ, ਹਿਸਾਬ ਲਾ ਲੈਣਾ, ਘਰ ਮਹਿੰਗੀ ਤਾਂ ਨਹੀਂ ਪੈਂਦੀ। ਤੋਬਾ ਤੋਬਾ ਤੋਬਾ, ਹਮ ਤੋ ਸੁਣ ਹੀ ਨਹੀਂ ਸਕਤੇ ਭਾਈ ਜੀ, ਤੁਸੀਂ ਵੀ ਡਰਾਮੇ 'ਚ ਹੀ ਹੋ, ਸੁਣਨੀ ਪੈਣੀ ਹੈ। ਜਾਓ ਜੀ ਲੈ ਕੇ ਆਓ ਕਿਰਾਇਆ, ਅਸੀਂ ਤੁਹਾਨੂੰ ਦੇ ਦਾਂਗੇ, ਠੀਕ ਹੈ। ਸ਼ਰਾਬ ਪੀ ਕੇ ਖੁਸਰੇ ਨੂੰ ਪੁੱਛੀ ਜਾਇਆ, ਪਹਿਲਾਂ ਛਿਲਾ ਤੁਹਾਡਾ ਮਾਂ ਪਿਓ ਵੱਲ ਹੁੰਦਾ। ਛੱਡ ਦੇ ਯਾਰ, ਮੈਂ ਤੈਨੂੰ ਕਦੀ ਪੁੱਛਿਆ? ਜਾਓ ਲੈ ਕੇ ਆਓ। ਅੰਕਲ ਯਾਰ, ਕੀ ਕਹਿ ਰਹੇ ਹੋ? ਉਹ ਭਾਈ ਅੰਕਲ, ਕਰਜ਼ਾ ਦੇਣਾ ਚਲੀ ਜਾ, ਜਾ ਕਿਰਾਇਆ ਲੈ ਕੇ ਆ। ਅੱਛਾ ਜਾ ਰਹਾ ਹੂੰ ਭਾਈ, ਜਾ ਰਹਾ, ਜਾ। ਓ ਮੈਂ ਬੁਲਾਤਾ ਹੂੰ ਇੱਕ ਮਿੰਟ, ਉਹ ਨੂੰ ਸਮਝਾਇਆ ਕਰ। ਓਏ ਮਾਲਮ ਕਾਨ ਹੈ, ਜਾ ਛੱਡ ਦੇ। ਅੱਬਾ ਜੀ ਤਾੜੀਆਂ ਮਾਰਿਆ ਕਰੋ, ਵਿਚਾਰੀਆਂ 8 ਵਜੇ ਦੀਆਂ ਤਿਆਰ ਹੋਣ ਡੀਆਂ ਪਿੱਛੇ, ਝੂਠਾ ਰਹਿਮ ਖਾਇਆ ਕਰੋ, ਇੰਨੀ ਠੰਡ 'ਚ ਨਹਾ ਕੇ ਆਉਂਦੀਆਂ ਤੁਹਾਡੀ ਵਜ੍ਹਾ ਤੋਂ, ਅਲੱਗ ਦਿਹਾੜੀ ਵੀ ਲੱਗੀ ਹੁੰਦੀ ਹੁਣ ਲੈਂਦਾ ਗੱਲ। ਮਾੜਿਆ ਕਰੋ ਤਾੜੀਆਂ, ਕੁੜੀਆਂ ਦੇ ਮਜ਼ਲੂਮ ਭਰਾ ਕਹਿ ਰਹੇ ਨੇ। ਹਾਂ ਹੈਲੋ ਹੈਲੋ, ਓ ਭਾਈ ਮੈਂ ਤੇ ਹਾਂ ਜੀ, ਦਰਵਾਜ਼ਾ ਤੁਸੀਂ ਕਿਉਂ ਵਜਾਇਆ ਪਹਿਲੇ ਮੈਨੂੰ ਇਹ ਦੱਸੋ। ਉਹ ਮੈਂ ਇਸ ਲਈ ਵਜਾਇਆ ਦਰਵਾਜ਼ਾ ਕਿਉਂਕਿ ਇੱਥੇ ਕਰਜ਼ਾ ਲੈਣ ਵਾਲੇ ਆਏ ਨੇ। ਤੁਸੀਂ ਆਪ ਦੇ ਘਰ ਦੇ ਮਾਲਕ ਹੋ ਕਿਤੇ ਆਪ ਦੇ ਦਰਵਾਜ਼ਾ ਵਜਾਈ ਜਾ ਰਹੇ ਹੋ। ਬਸ ਮਜਬੂਰੀ, ਹੁਣ ਕੀ ਕਰਾਂ ਬਾਜੀ, ਤੂੰ ਦੱਸ, ਕਰਜ਼ਾ ਲੈਣ ਵਾਲੇ ਆ ਗਏ ਨੇ, ਉਹਨਾਂ ਨੇ ਕਿਹਾ ਦਰਵਾਜ਼ਾ ਖੜਕਾ। ਕੌਣ ਆਇਆ ਕਰਜ਼ਾ ਲੈਣ ਲਈ? ਕਿਆ ਬਾਤ ਹੈ, ਇੱਕ ਦੀ ਆਵਾਜ਼ ਭਾਰੀ, ਇੱਕ ਦੀ ਬਰੀਕ, ਤੁਹਾਡੀ ਵਾਲਦਾ ਦੀ ਪੀਪਣੀ ਪਾਟੀ। 40,000 ਰੁਪਏ ਲੈਣਾ ਤੁਹਾਡੇ ਪਿਓ ਕੋ, ਇਹਨੂੰ ਇਹਨੇ ਕਰਜ਼ਾ ਦਿੱਤਾ ਮੇਰੇ ਪਿਓ ਨੂੰ 40,000 ਰੁਪਏ, ਹਾਂ ਜਿੰਨੂੰ ਕੋਈ ਮੁਫਤ ਛੱਡੋ, ਹਾਂ ਨਹੀਂ ਲੈ ਕੇ ਤੂੰ ਨਾਪੇ ਕਰ। ਤੇਰੇ ਪਿਓ ਨੂੰ 40,000 ਦਿੱਤਾ ਹੈ ਕਿਸ ਚੱਕਰ 'ਚ? ਤੇਰੇ ਚੱਕਰ 'ਚ। ਕਿਆ ਬਾਤ ਹੈ ਭਾਈ, ਜਾਂ ਸਾਨੂੰ 40,000 ਰੁਪਇਆ ਦਵੋ ਨਾ, ਜਾਂ ਸਾਡੇ ਨਾਲ ਫਸੋ। ਮਾਸਟਰ ਨੂੰ ਠੀਕ ਹੈ, ਜਿੰਨੇ ਦੇਣ ਆਇਆ ਮੁਫਤ, ਤੈਨੂੰ ਮੈਂ ਤੇਰੇ ਨਾਲ ਸੈੱਟ ਹੋਵਾਂਗੀ। ਸਾਡਾ ਸੈੱਟ ਹੋਣਾ ਦਵੋ 40,000 ਰੁਪਇਆ, ਨਹੀਂ ਤਾਂ ਸਾਡਾ ਸੈੱਟ ਹੋਵੋ ਬੱਲੋ। ਓਏ ਚਲੀ ਸੇ ਬਾਤ ਕਰੋ, ਬਹਿਨ ਹੈ ਮੇਰੀ, ਉਹ ਡੂਬ ਕੇ ਮਰ ਜਾਓ, ਇਤਨੀ ਟੈਂਟ ਬਹਿਨ ਲੈ ਕੇ ਫਿਰ ਰਹੇ ਹੋ। ਇਹ ਕੀ ਕਹਿ ਰਹੇ ਸੀ ਸਮਝਾ, ਕਿਸੇ ਨੀਚੇ ਤਰ੍ਹਾਂ ਮੁਸਲਮਾਨ ਇਤਨੀ ਸਰਦੀ ਮੇ ਆਏ ਹੋਏ, ਕਿਸੇ ਕੋ ਤਾਂ ਗਰਮਾਇਸ਼ ਚੜੇਗੀ। ਪਾਗਲ ਹੈ ਤੂੰ, ਸਮਝਾਓ ਯਾਰ ਇਸੇ, ਮੈਨੇ ਉਸਕੋ ਜਾਨਾ ਹੈ। ਚਲੇ ਅੱਗੇ ਜਾ,
ਲਿਆ ਦੇ ਮਾਰਾ 40,000 ਰੁਪਇਆ ਤੁਸੀਂ ਵੇਖ ਰਹੇ ਹੋ ਆਹੋ ਤੁਹਾਡੇ ਘਰ ਆਉਣ ਦੇ ਬਾਵਜੂਦ ਤੁਹਾਡੇ ਸਾਹਮਣੇ ਮੈਨੂੰ ਕਹਿ ਰਿਹਾ 40,000 ਰੁਪਏ ਦੇ ਜਾਂ ਤਾਂ ਸੈਟ ਹੋਣੇ ਨਾਲ ਬਦਤਮੀਜ਼ ਬੱਚੇ ਨੇ ਅੱਜ ਕੱਲ ਦੇ ਗੱਲ ਸੁਣੋ ਜੀ 2 ਮਹੀਨੇ ਦਾ ਕਿਰਾਇਆ ਤੁਹਾਡੇ ਲਈ 20,000 ਰੁਪਇਆ ਜਾਂ ਮੇਰਾ 20,000 ਦਿਓ ਜਾਂ ਮੇਰੇ ਨਾਲ ਫਸੋ ਅੰਕਲ ਜੀ ਕਬਰ 'ਚ ਤੁਹਾਡੀਆਂ ਲੱਤਾਂ ਨੇ ਮੂੰਹ ਤਾਂ ਬਾਹਰ ਹੈ ਨਾ ਉਹ ਵੀ ਮੈਂ ਠੁੱਡੇ ਮਾਰ ਕੇ ਅੰਦਰ ਕਰ ਦੇਣਾ ਇਹਨੂੰ ਦੱਸੋ ਠੁੱਡੇ ਨਾਲ ਕਦੀ ਅੰਦਰ ਹੋਇਆ ਦੱਸੋ ਠੁੱਡੇ ਨਾਲ ਅੰਦਰ ਕਰੋ ਨਾ ਕੋਈ ਬੱਚਿਆਂ ਦੀ ਆਵਾਜ਼ ਭਾਰੀ ਹੋ ਜਾਂਦੀ ਕੀ ਹੈ ਇਹ ਦੇਖ ਇਹ ਬਾਤ ਖੁੱਲ ਕੇ ਜਾ ਇਸੇ ਸਮਝਾਓ ਇਹ ਦੁਬਾਰਾ ਕਹਿ ਰਿਹਾ ਮੁਝੇ ਤੂੰ ਖੰਡੀ ਹੋ ਤੂੰ ਸਮਝਿਆ ਜੇ ਜਾਓਗੇ ਤੁਹਾਨੂੰ ਸ਼ਰਮ ਨਹੀਂ ਆ ਰਹੀ ਸੈਟ ਹੋ ਮੇਰੀ ਗੱਲ ਸੁਣ ਪਿੱਛੇ ਹੀ ਆਇਆ ਅੱਜ ਮੇਰੇ ਕੋਲ ਦਿਹਾੜੀ ਵੀ ਹੈਗੀ ਕੀ ਕੀ ਕਹਿ ਰਹੇ ਨੇ ਤੇਰੇ ਸਾਹਮਣੇ ਉਹ ਕਹਿ ਰਹੇ ਨੇ ਤੂੰ ਬੈਰਾ ਬੈਰਾ ਹੀ ਉਹ ਤਾਂ ਮੁਲਤਾਨ ਦੀ ਨਾ ਇਹਦੀ ਪੰਜਾਬੀ ਜੀ ਸਮਝ ਆਉਂਦੀ ਨਾ ਉਰਦੂ ਦੀ ਆ ਮੁਲਤਾਨ ਦੀ ਵਹਿਣ ਤਾਂ ਮੇਰੀ ਤਲਾਕ ਹੋਈ ਉਹ ਕਿਉਂ ਆਪੇ ਨੂੰ ਕਿਹਾ ਵੀ ਆ ਲਾਹੌਰ ਤੋਂ ਨਹੀਂ ਮੁਲਤਾਨ ਕਰਾ ਤਾਂ ਬੁੱਢੀ ਸਰਾਕ ਨਿਕਲ ਆਈ ਮੈਨੂੰ ਸਮਝ ਨਾ ਆਵੇ ਸੁਹਾਗ ਰਾਤ ਨੂੰ ਕਹਿ ਕੀ ਰਹੀ ਕੀ ਕਹਿ ਰਹੀ ਸੀ ਉਹ ਘੁੰਡ ਚੁੱਕ ਕੇ ਮੇਰੇ ਨਾਲ ਹੀ ਲੱਗੀ ਸੀ ਜੀ ਉਹ ਪੋਸਤਰਾ ਛੱਕ ਰੱਖ ਛੱਕ ਸੱਚ ਕਰ ਇਹ ਜਾਈ ਘਾਟ ਖੋੜੀ ਦਾ ਪੋਸਤਰਾ ਥੱਕ ਗਿਆ ਦੋ ਛੱਕ ਦੋ ਛੱਕ ਸੁਹਾਗ ਰਾਤ ਤੋਂ ਦੂਜੇ ਦਿਨ ਸਹੇਲੀਆਂ ਨੂੰ ਕਹਿ ਰਹੀ ਸੀ ਕੀ ਆਈਡੀਆ ਕਿਹਾ ਥਾਵਾਂ ਰਾਤ ਕੋ ਵੱਖੀਆਂ ਤਾਂ ਤਰੁੱਟ ਗਈਆਂ ਚਸ ਮਹੂ ਆਈ ਹੈ ਆ ਜਵਾਨ ਭੱਜ ਕੇ ਆਂਦੇ ਚੂਲਾ ਬੰਨੇ ਆਈ ਸੀ ਇਹ ਕਿਹੜੀ ਔਰਤ ਦੀ ਗੱਲ ਕਰ ਰਿਹਾ ਹੈ ਜਿਹੜੀ ਤੈਨੂੰ ਜੰਮ ਕੇ ਮਰ ਗਈ ਹੈ ਕੀ ਕਹਿ ਰਹੇ ਨੇ ਤੁਹਾਨੂੰ ਕਿਹਾ ਹਨ ਕਿਉਂ ਗੌਰ ਕਰਨ ਲਈ ਤੂੰ ਤੈਨੂੰ ਕਿਹਾ ਹੋਣਾ ਚੜਦੇ ਜਿਹੜਾ ਨਾਤਾ ਧੋਤਾ ਇਸੇ ਗੰਦਾ ਹੋਇਆ ਤੁਸੀਂ ਦੱਸੋ ਉਹ ਕਹਿ ਰਿਹਾ ਯਾਰ 40,000 ਰੁਪਏ ਦੇ ਜਾਂ ਮੇਰੇ ਨਾਲ ਸੈਟ ਹੋ ਅੱਛਾ ਤੇ ਇਹ ਬਾਬਾ ਕਹਿ ਰਿਹਾ 20,000 ਰੁਪਏ ਦੇ ਜਾਂ ਮੇਰੇ ਨਾਲ ਸੈਟ ਹੋ ਇਹ ਤੁਹਾਡਾ ਰੌਲਾ ਮੁਕਾ ਦਿੰਨਾ ਜੀ ਉਹਦਾ 40,000 ਵੀ ਮੈਂ ਦੇ ਦਿੰਨਾ ਇਹਦਾ 20,000 ਵੀ ਮੈਂ ਦੇ ਦਿੰਨਾ ਤੁਸੀਂ ਅੱਧਾ ਘੰਟਾ ਮੇਰੇ ਨਾਲ ਸੈਟ ਹੋਇਓ ਯਾਰ ਮੁਝੇ ਤੁਮ ਸੇ ਇਹ ਉਮੀਦ ਨਹੀਂ ਸੀ ਮੁਝੇ ਵੀ ਨਹੀਂ ਸੀ ਇਹ ਤੁਹਾਡੀ ਬਹਿਣ ਹੋ ਗਈ 100 ਰੁਪਏ ਮੈਂ ਥਕਨੇ ਵਾਲੇ ਉਹ ਤੇਰੀ ਤੁਹਾਰੇ ਪਾਸ ਫੇਵਰ ਲੈ ਕੇ ਆਈ ਹੈ ਉਹ ਮੈਂ ਆਪੀ ਤਾਏ ਜੀ ਨੂੰ ਤਾਏ ਜੀ ਸੇ ਸਾਹਿਬ ਨੂੰ ਕਿਉਂ ਬੁਲਾ ਲਈ ਮੈਂ ਤਾਏ ਜੀ ਕੀ ਰੌਲਾ ਪਾਇਆ ਕਿ ਤਾਂ ਤੁਹਾਡੀ ਸਮਝ ਨਹੀਂ ਆ ਰਹੀ ਬਹੁਤ ਅੱਛੇ ਹਾਂ ਬਈ ਤਿੰਨ ਖਰਗੋਸ਼
ਬਹੁਤ ਅੱਛੇ।